ਉਹਦੇ ਵਿਚਾਰੇ ਫਸ ਗਏ ਜਿਨ੍ਹਾਂ ਨੇ ਮੇਰੇ ਅੰਗੂ ਦਿਮਾਗ ਨਹੀਂ ਲਾਇਆ। ਬਹੁਤ ਡੇਂਜਰ ਸੀ, ਮਤਲਬ ਬਹੁਤ ਜ਼ਿਆਦਾ ਡੇਂਜਰ। ਫਿਰ ਭੱਜ ਗਿਆ ਕਿ ਇਹਨਾਂ ਠਾਲਿਆ ਨੇ। ਸਾਨੂੰ ਕਮੈਂਟ ਕੀਤਾ ਕਹਿੰਦੇ ਮੋਟੇ ਹੋ ਜਾਓ ਜਾਓ ਪਰ ਸਾਲੇ ਮੋਟੇ ਹੋ ਜਾਓ ਜਾਓ ਮੋਟੇ ਦਾ ਸਵੇਰ ਦੇ ਵਧੀਆ 6 ਤੁਹਾਨੂੰ ਮਾਹੌਲ ਦਾ ਮਤਲਬ ਦਿਖਾਉਣਾ ਸੀ ਦੁਬਈ ਦਾ। ਇਹਨੂੰ ਕਹਿੰਦਾ ਦੁਬਈ ਦਾ ਮਾਹੌਲ ਆ। ਹੈ ਰੋਡ ਤੋਂ ਡਰਾਈਵ ਕਰਕੇ ਲੈ ਕੇ ਆਇਆ ਗੱਡੀ, ਮੈਂ ਡਿਊਟੀ ਖਤਮ ਕਰਕੇ ਆਇਆ ਨਾ। ਬਹੁਤ ਡੇਂਜਰ ਸੀ, ਮਤਲਬ ਬਹੁਤ ਜ਼ਿਆਦਾ ਡੇਂਜਰ। ਫਿਰ ਭੱਜ ਗਿਆ ਕਿ ਇਹਨਾਂ ਨੂੰ ਠਾਲਿਆ ਮੈਂ। ਆ ਬੈਠੇ ਆ ਉੱਥੇ ਵੀ ਮਾਹੌਲ ਦੇਖ ਲਓ, ਬਾਰਿਸ਼ ਦੁਬਈ ਦੀ ਦੇਖਣ ਨੂੰ ਮਿਲਦੀ ਤੁਹਾਨੂੰ, ਹੈ ਨਾ। ਯਾਦ ਕਰੋਗੇ ਇੱਕ ਆਪਣਾ ਪਾਰਟਨਰ ਖੜਾ ਕੇ, ਇਹ ਸਾਈਡੋ ਸਾਈਡੋ ਇੱਕ ਇਹ ਆਇਆ ਵਿਚਾਰਾ ਅੜਦਾ ਅੜਦਾ ਬਾਲਕਨੀ ਚੋਂ, ਸਹੀ ਹੈ ਨਾ ਮਾਹੌਲ। ਤੁਹਾਨੂੰ ਦਿਖਾ ਦੇਣਾ ਉਸ ਸਾਈਡ ਨੂੰ ਆਪੋ। ਬਾਰਿਸ਼ਾਂ ਤਾਂ ਬਹੁਤ ਦੇਖੀਆਂ ਨਾ ਛੋਟੇ, ਲੇਕਿਨ ਆਹ ਜਿਹੜੀ ਅੱਜ ਅੱਜ ਹੋਈ ਹੈ ਨਾ, ਇਹ ਕਾਇੰਡ ਆਫ ਤੂਫਾਨ ਆ ਇਹ। ਦੁਬਈ ਚ ਨਹੀਂ ਇੰਨਾ ਤੇਜ਼ ਦੇਖਿਆ, ਨਹੀਂ ਦੇਖਿਆ ਨਾ ਲਗਾਤਾਰ ਇੰਨਾ ਟਾਈਮ ਨਹੀਂ ਪੈਂਦਾ। ਤੇ ਆਹ ਦੇਖ ਲਾ ਮੈਂ, ਇਹ 3 ਵਜੇ ਦਾ ਸ਼ੁਰੂ ਹੋਇਆ ਹੋਇਆ, ਮਤਲਬ ਕਿਤੇ ਕਿਸੇ ਜਗ੍ਹਾ ਤੇ 3 ਵਜੇ 4 ਵਜੇ 5 ਵਜੇ ਐਂ ਹੋਇਆ ਸੀਗਾ, ਹੁਣ ਪੂਰੇ ਮਤਲਬ ਆਲ ਓਵਰ ਕਵਰ ਕਰ ਚੁੱਕਿਆ ਇਹ। ਇੱਥੇ ਜ਼ਿਆਦਾ ਡੇਂਜਰ ਕੀ ਹੈ, ਟ੍ਰੈਫਿਕ ਕਰਦੇ ਆ ਤੇ ਟਨਲਸ ਵਗੈਰਾ ਤੋਂ ਜਦੋਂ ਕ੍ਰੋਸ ਕਰਕੇ ਆਉਣਾ ਉਹ ਛੇਤੀ ਉਹ ਹੋ ਜਾਂਦੀਆਂ ਨੇ, ਭਰ ਜਾਂਦੀਆਂ ਪਾਣੀ ਨਾਲ, ਫਿਰ ਗੱਡੀ ਤੁਹਾਡੀ ਨੂੰ ਨਾ ਹਿੱਟ ਕਰਦੀ ਆ, ਉਹ ਗੱਡੀ ਡੁੱਬ ਵੀ ਸਕਦੀ ਆ, ਡੇਂਜਰ ਇਹ ਆ। ਸਵੇਰ ਦੇ 6 ਵਜੇ ਦਾ ਮਾਹੌਲ, ਠੰਡਾ ਠੰਡਾ ਹੁਣ ਆਪਾਂ ਪੀਵਾਂਗੇ, ਪੀਵਾਂਗੇ ਜਵਾਨ ਪਤਲਾ ਰਹੀ ਆ ਉਹ, ਹੁਣ ਆਪਾਂ ਪੀਵਾਂਗੇ ਚਾਹ ਤੱਤੀ ਤੱਤੀ ਤੇ ਨਾਲੇ ਖਾਵਾਂਗੇ ਕੁਛ ਗਰਮ ਗਰਮ ਬਬਾਸ। ਅੰਦਰ ਕਰ ਲਾ ਫੋਨ, ਉਹਦੇ ਵਿਚਾਰੇ ਫਸ ਗਏ ਜਿਨ੍ਹਾਂ ਨੇ ਮੇਰੇ ਅੰਗੂ ਦਿਮਾਗ ਨਹੀਂ ਲਾਇਆ। ਬਹੁਤ ਗੱਡੀਆਂ ਫਸੀਆਂ ਖੜੀਆਂ, ਉਹਦੇ ਇੱਕ ਅੱਜ ਦੁਬਈ 'ਚ ਪਿਆ ਮੀਂਹ, ਉਹ ਵੀ ਬਹੁਤ ਜ਼ਿਆਦਾ, ਵੀਡੀਓ ਪਾਈ ਆ ਬਹੁਤ ਤੇਜ਼। ਅਤੇ ਮੈਂ ਤੇ ਬਾਈ ਨੇ ਸਵੇਰੇ ਡਿਸੀਜਨ ਲਿਆ ਸੀਗਾ ਅਸੀਂ ਬਾਹਰ ਨਹੀਂ ਨਿਕਲਣਾ, ਕਿਉਂਕਿ ਪਤਾ ਸਾਨੂੰ ਜਿੱਦਣ ਦੁਬਈ 'ਚ ਮੀਂਹ ਪੈਂਦਾ ਬਲੌਕ ਜਾਂਦੇ ਆ। ਬਟ ਜੁਮਾ ਕਰਕੇ ਨਮਾਜ਼ ਪੜ੍ਹਨ ਲਈ ਮੈਂ ਆਇਆ ਸੀਗਾ ਅਤੇ 1 ਵਜੇ ਮੈਂ ਨਿਕਲਿਆ ਸੀ ਘਰੋਂ, ਨਮਾਜ਼ ਤਾਂ ਹੋ ਗਈ ਚਲੋ ਅੱਧਾ ਘੰਟਾ ਲੱਗ ਗਿਆ, ਹੁਣ 2:30 ਵੱਜ ਗਿਆ। ਸਾਰੇ ਰਾਹ ਜਿੱਧਰ ਨੂੰ ਜਾਂਦਾ ਪਾਣੀ ਨਾਲ ਫੁੱਲ ਹੋਏ ਪਏ ਆ, ਗੱਡੀਆਂ ਨਿਕਲਦੀਆਂ ਨਹੀਂ, ਗੱਡੀਆਂ ਫਸ ਰਹੀਆਂ ਵਾਂ, ਅਤੇ ਘੰਟਾ ਹੋ ਗਿਆ ਪਤਾ ਨਹੀਂ ਜਦੋਂ ਮੀਂਹ ਆਉਂਦਾ ਮੈਂ ਹੀ ਕਿਉਂ ਫਸਦਾ ਵਾਂ। ਪਿਛਲੀ ਵਾਰ ਮੈਂ 5 ਘੰਟੇ ਟ੍ਰੈਫਿਕ 'ਚ ਫਸਾ ਰਿਹਾ, ਘੰਟਾ ਹੁਣ ਹੋ ਗਿਆ ਮੈਨੂੰ, ਬਾਕੀ ਅੱਗੇ ਦੇਖਦੇ ਹਾਂ ਕਿਹੜੇ ਭਾਅ ਪੈਂਦੀ ਆ। ਮਤਲਬ ਇਹ ਆ ਕਿ ਜਿਹੜੇ ਰਾਹ ਵੜ ਰਹੇ ਹਾਂ ਜਿਹੜੇ ਰਾਹ, ਉਦੋਂ ਅੱਗੇ ਪਾਣੀ ਆ, ਵਿੱਚ ਗੱਡੀਆਂ ਫਸੀਆਂ ਹੋਈਆਂ ਬੰਦ ਨੇ, ਉੱਥੋਂ ਮੁੜਨਾ ਪੈ ਰਿਹਾ। ਆਪਣਾ ਘਰ 2 ਕਿਲੋਮੀਟਰ ਨਹੀਂ ਗਿਆ ਇੱਥੋਂ ਜਿੱਥੇ ਮੈਂ ਹੈਗਾ ਵਾਂ। ਬਸ ਦੇਖੋ ਸਲੀਮ ਸਿੰਘ ਹਰ ਵਾਰੀ ਫਸਦਾ ਤਾਂ, ਹੁਣ ਇੱਥੋਂ ਦੇਖਣ ਨੂੰ ਮੌਸਮ ਦੇਖਣ ਨੂੰ ਲੱਗਣਾ ਵੀ ਕੋਈ ਕਿਤੇ ਕੋਈ ਇਹੋ ਜਿਹਾ ਮਾਹੌਲ ਨਹੀਂ ਗਾ, ਠੀਕ ਆ ਵੀ ਸਾਫ਼ ਸੁਥਰਾ ਹੀ ਆ ਮਾਹੌਲ ਤਾਂ। ਸਾਲੇ ਨੇ ਗੱਡੀ ਚੜ੍ਹਾਤੀ ਸੀ ਉੱਤੇ, ਵੀ ਮਾਹੌਲ ਤਾਂ ਸਾਫ਼ ਸੁਥਰਾ ਹੀ ਆ, ਬਟ ਜਿਉਂ ਜਿਉਂ ਅੱਗੇ ਜਾਈ ਜਾਵਾਂਗੇ ਐਂਡ 'ਤੇ ਆ ਕੇ ਬਲੌਕ ਹੋਇਆ ਹੁੰਦਾ ਰਾ। ਲਓ ਜੀ ਫਿਰ ਲੱਗ ਗਏ ਲਾਈਨ 'ਚ, ਇਹਨੂੰ ਫੋਲੋ ਕਰੂੰਗਾ ਐਂਡ 'ਤੇ ਆ ਕੇ, ਅਤੇ ਫਿਰ ਮੈਂ ਪਾਣੀ ਨਿਕਲਿਆ ਵੀ ਸਿਗਨਲ 'ਤੇ ਪਾਣੀ ਖੜ੍ਹਾ ਮੁੜ ਜਾਓ, ਫਿਰ ਨਹੀਂ ਅੱਜ ਮੈਂ ਘਰ ਜਾ ਪਾਉਂਦਾ ਸਾਰੀ ਦਿਹਾੜੀ। ਅਜੇ ਵੀ ਆਹ ਲਾਈਨ ਬਹੁਤ ਲੰਬੀ ਆ, ਘੰਟਾ ਲੱਗ ਜਾਣਾ ਇੱਥੋਂ, ਕੀ ਕਰੂੰ ਬੰਦਾ ਹੁਣ। ਉੱਧਰੋਂ ਵੀ ਗੱਡੀਆਂ ਇੱਧਰੋਂ ਵੀ ਗੱਡੀਆਂ, ਚਾਰੇ ਪਾਸੇ ਟ੍ਰੈਫਿਕ ਟ੍ਰੈਫਿਕ। ਬਸ ਮੀਂਹ ਆਏ ਤੇ ਆਹ ਹਾਲ ਹੋ ਜਾਂਦਾ ਦੁਬਈ ਦਾ, ਉੱਧਰੋਂ ਵੀ ਆ ਰਹੀਆਂ ਗੱਡੀਆਂ।
ਮੈਂ ਪਹਿਲਾਂ ਉਹ ਦੇ ਇੱਥੋਂ ਕੱਚੇ ਚੋਂ ਵੀ ਨਿਕਲ ਕੇ ਆਇਆ ਉੱਧਰ ਨਾ ਰੋਡ 'ਤੇ ਪਾਣੀ ਬਹੁਤ ਭਰਿਆ ਉੱਧਰ ਬਹੁਤ ਗੱਡੀਆਂ ਫਸੀਆਂ ਹੋਈਆਂ ਸੀਗੀਆਂ ਮੈਂ ਸਭ ਘੁੰਮ ਘੁੰਮਾ ਕੇ ਆ ਸੇ ਏਰੀਆ ਚਾਰੇ ਪਾਸੇ ਸਿਗਨਲ ਤੋਂ ਘੁੰਮ ਘੁੰਮਾ ਕੇ ਐਂਡ ਵਾਲਾ ਰਾਹ ਹੁਣ ਆਹੀ ਆ ਇਹ ਵੀ ਐਂਡ 'ਤੇ ਜਾ ਕੇ ਆਪਾਂ ਨੂੰ ਮੋੜ ਨਾ ਦੇਣ ਜੀ ਆਹ ਰਾਹ ਨੇ ਵੀ ਐਂਡ 'ਤੇ ਜਾ ਕੇ ਕਹਿਤਾ ਵੀ ਭਾਈ ਪਾਣੀ ਅੱਗੇ ਗੱਡੀ ਨਹੀਂ ਨਿਕਲਣੀ ਇੱਕ ਤਾਂ ਹੈ ਸਡਾਨ ਗੱਡੀ ਗੱਡੀਆਂ ਦਾ ਉੱਥੇ ਇੱਕ ਥਾਰ ਵੀ ਫਸੀ ਹੋਈ ਸੀਗੀ ਥਾਰ ਨਹੀਂ ਮੀਨ ਜੀਪ ਵਾਲਿਆਂ ਦੀ ਥਾਰ ਤਾਂ ਇੱਥੇ ਹੈ ਨਹੀਂ ਗੀ ਉਹ ਫਸੀ ਹੋਈ ਸੀਗੀ ਆਪਣੀ ਤਾਂ ਕਿੱਥੇ ਨਿਕਲਣੀ ਆ ਜਿੱਥੇ ਵੀ ਪਾਣੀ ਹੋਇਆ ਫਿਰ ਆਪਾਂ ਗੱਡੀ ਲਾਵਾਂਗੇ ਸਾਈਡ 'ਤੇ ਤੁਰ ਕੇ ਜਾਵਾਂਗੇ ਪੈਦਲ ਯਾਤਰਾ ਚੱਕ ਲਵਾਂਗੇ ਫਿਰ ਆਪਾਂ ਸ਼ਾਮ ਨੂੰ ਜਾਂ ਕੱਲ੍ਹ ਨੂੰ ਚੱਕ ਲਵਾਂਗੇ ਗੱਡੀ ਕਿਉਂਕਿ ਘਰ ਬਹੁਤ ਨੇੜੇ ਆ ਆਪਣਾ ਸਿਰਫ ਮੈਂ ਇੱਕ ਸਿਗਨਲ ਟੱਪ ਕੇ ਯੂ ਟਰਨ ਲੈ ਕੇ ਹੀ ਆਉਣਾ ਵਾ ਸਿਰਫ ਮੈਂ ਨਮਾਜ਼ ਕਰਨ ਆਇਆ ਸੀਗਾ ਬਹੁਤ ਨੇੜੇ ਘਰ ਆ ਹੁਣ ਪਾਣੀ ਕਰਕੇ ਘੁੰਮਣਾ ਪੈਂਦਾ ਸਾਰਾ ਅਤੇ ਟ੍ਰੈਫਿਕ ਬਹੁਤ ਜ਼ਿਆਦਾ ਵਾ ਹੱਦੋਂ ਵੱਧ ਹੋ ਗਿਆ ਚਾਰੇ ਪਾਸਿਆਂ ਦਾ ਟ੍ਰੈਫਿਕ ਆਹੀ ਰੋਡ 'ਤੇ ਆ ਗਿਆ ਤਾਂ ਬਸ ਐਂਡ 'ਤੇ ਜੇ ਹੁਣ ਵੀ ਮੈਨੂੰ ਰਾਹ ਨਹੀਂ ਮਿਲਿਆ ਫਿਰ ਗੱਡੀ ਕਿਤੇ ਸਾਈਡ 'ਤੇ ਲਾਉਣੀ ਪੈਣੀ ਆ ਇੱਥੇ ਲਿਆ ਕੇ ਘੁੰਮਾ ਕੇ ਕੱਚੀ ਪਾਰਕਿੰਗ ਲਾ ਦਾਂਗੇ ਫਿਰ ਪੈਦਲ ਚੱਲਾਂਗੇ ਘਰੇ ਸ਼ਾਮਾਂ ਨੂੰ ਜਾਂ ਕੱਲ੍ਹ ਨੂੰ ਸਵੇਰੇ ਗੱਡੀ ਆਪਾਂ ਚੱਕ ਲਾਂਗੇ ਫਾਈਨਲੀ ਉਹ ਏਰੀਆ ਤਾਂ ਨਿਕਲਿਆ ਏ ਹੁਣ ਇੱਥੋਂ ਲੈਫਟ ਲੈ ਕੇ ਮੈਨੂੰ ਯੂ ਟਰਨ ਲੈਣਾ ਪੈਣਾ ਇੱਥੇ ਤਾਂ ਕੋਈ ਪਾਣੀ ਨਹੀਂ ਹੈਗਾ ਇੱਥੋਂ ਮੈਂ ਆਇਆ ਵੀ ਸੀ ਮੈਂ ਦੇਖਿਆ ਸੀ ਬਸ ਇੱਕ ਸਿਗਨਲ ਦੀ ਉੱਥੇ ਹੁਣ ਸ਼ੱਕ ਆ ਜੇ ਉਹ ਵੀ ਨਿਕਲ ਗਿਆ ਫਿਰ ਆਪਾਂ ਘਰੇ ਆ ਜਾ ਕੇ ਰੋਟੀ ਖਾਣੀ ਆ ਭੁੱਖ ਲੱਗ ਗਈ ਬਹੁਤ ਐਵੇਂ 3 ਵਜੇ 1 ਵਜੇ ਆਇਆ ਸੀਗਾ ਮੈਂ ਕੋਈ ਕੰਮ ਨਹੀਂ ਮੈਕਸੀਮਮ 1 ਕਿਲੋਮੀਟਰ 'ਤੇ ਮਸਜਿਦ ਹੋਣੀ ਆ ਅਤੇ ਦੇਖ ਲਓ ਹੁਣ 3 ਵਜ ਗਏ 1 ਵਜੇ ਤੋਂ ਲੈ ਕੇ ਇੱਦੋਂ ਬਾਅਦ ਲੈਫਟ ਆ ਕੇ ਇੱਕ ਸਿਗਨਲ ਯੂ ਟਰਨ ਲੈ ਕੇ ਫਿਰ ਘਰੇ ਆ ਉਹ ਸਿਗਨਲ 'ਤੇ ਐਂਡ 'ਤੇ ਪਾਣੀ ਨਾ ਹੋਵੇ ਬਾਕੀ ਤਾਂ ਮੈਨੂੰ ਪਤਾ ਹੀ ਆ ਬਾਕੀ ਪਾਣੀ ਹੈ ਨਹੀਂ ਆਪਣੇ ਵਾਲੀ ਸਾਈਡ ਉੱਤੇ ਹੁਣ ਮੈਂ ਨਿਕਲਣਾ ਕੋਈ ਨਹੀਂ ਗਾ ਜੋ ਵੀ ਕੰਮ ਮਰਜ਼ੀ ਆਵੇ ਕੰਮ ਤਾਂ ਸੀਗਾ ਇੰਪੋਰਟੈਂਟ ਹੈ ਜਿੱਥੇ ਨੂੰ ਪੈਸੇ ਵੀ ਪਾਉਣੇ ਸੀ ਉਹ ਵੀ ਨਹੀਂ ਪਏ ਉਹ ਮਸ਼ੀਨ ਖਰਾਬ ਚਲੋ ਫਿਰ ਹੁਣ ਦੇਖਦੇ ਹਾਂ ਘਰੇ ਪਹੁੰਚਦੇ ਹਾਂ ਘਰੋਂ ਤੱਕ ਪਹੁੰਚਦੇ ਹਾਂ ਕਿਵੇਂ ਪਹੁੰਚਦੇ ਹਾਂ ਬਚ ਗਏ ਬਚ ਗਏ ਬਚ ਗਏ ਇੱਥੇ ਤਾਂ ਕੋਈ ਪਾਣੀ ਹੈ ਨਹੀਂ ਗਾ ਬਸ ਯੂ ਟਰਨ ਲੈਣਾ ਆਪਾਂ ਹੁਣ ਇੱਥੋਂ ਯੂ ਟਰਨ ਲੈ ਕੇ ਆਪਾਂ ਉੱਥੇ ਅੰਦਰ ਵੜ ਜਾਣਾ ਉਹ ਆਪਣੀ ਬਿਲਡਿੰਗ ਲਓ ਵੀ ਫਾਈਨਲੀ ਜਾ ਰਿਹਾ ਘਰ ਨੂੰ ਇੱਥੇ ਪਾਣੀ ਹੈ ਨਹੀਂ ਗਾ ਮੈਂ ਟਰਾਈ ਕਰੂੰ ਬਾਈ ਨੂੰ ਅੱਜ ਮਿਸ ਕਰਾਉਣ ਦੀ ਵੀ ਰਾਤ ਨੂੰ ਤੂੰ ਡਿਊਟੀ 'ਤੇ ਨਾ ਹੀ ਜਾ ਤਾਂ ਬੈਟਰ ਆ ਪਤਾ ਨਹੀਂ ਕਿੱਥੇ ਪਾਣੀ ਖੜਾ ਹੋਊਗਾ ਅਤੇ ਕਿੱਥੇ ਗੱਡੀ ਫਸ ਜਾਣੀ ਆ ਓਕੇ ਜੀ ਆਪਾਂ ਤਾਂ ਹੁਣ ਪਹੁੰਚ ਜਾਣਾ ਬਾਕੀ ਸ਼ਾਮ ਨੂੰ ਦੇਖਦੇ ਹਾਂ ਕੀ ਕਰਦੇ ਹਾਂ ਫਿਰ ਉਦੋਂ ਬਲੌਗ ਬਣਾਉਂਦੇ ਹਾਂ ਆਪਾਂ ਬਾਏ ਬਾਏ ਸਾਨੂੰ ਜਦੋਂ ਘਰੋਂ ਤੁਰੇ ਹਾਂ ਅਤੇ ਉਦੋਂ ਤਾਂ ਇੰਨਾ ਟ੍ਰੈਫਿਕ ਨਹੀਂ ਮਿਲਿਆ ਜਿੰਨਾ ਟ੍ਰੈਫਿਕ ਸਾਨੂੰ ਹੁਣ ਮਿਲਿਆ ਮੈਨੂੰ ਤਾਂ ਪਤਾ ਹੀ ਸੀ ਮੈਨੂੰ ਤਾਂ ਸਵੇਰੇ ਵੀ ਮਿਲਿਆ ਅਤੇ ਤੁਹਾਨੂੰ ਦਿਖਾਉਣਾ ਮੈਂ ਕਹਾਣੀ ਕੀ ਪੈਂਦੀ ਹੈ ਦੀਂ ਦਾ ਟ੍ਰੈਫਿਕ ਬੰਪਰ ਟੂ ਬੰਪਰ ਲੱਗਿਆ ਹੋਇਆ ਜਮਾਂ ਹੀ ਜਾਮ 5 ਮਿੰਟ ਦਾ ਰਾਹ ਵਾ ਲੇਕਿਨ ਸਾਨੂੰ ਲੱਗ ਜਾਣਾ ਆਈ ਬਲੀਵ ਪੌਣਾ ਘੰਟਾ ਘੰਟਾ ਲੱਗ ਜਾਣਾ ਨਿਕਲ ਜੀਏ ਨਾ ਫਿਰ ਆਪਾਂ ਆਪਦੇ ਰਾਹੀ ਹੋ ਜਾਵਾਂਗੇ ਮੈਂ ਰੋਕਿਆ ਸੀ ਨਾ ਜਾ ਨਾ ਜਾ ਵੀ ਮੈਂ ਸਵੇਰੇ ਵੀ ਫਸਿਆ ਵਾ ਨਹੀਂ ਮੰਨਿਆ ਇਹਨਾਂ ਨੂੰ ਕੀ ਪਤਾ ਜਵਾਕ ਨੇ ਹਲੇ ਇਹ ਦੁਨੀਆਂ ਦੇਖੀ ਨਹੀਂ ਹਲੇ ਇਹਨਾਂ ਨੇ ਨਹੀਂ ਮੰਨਿਆ ਨਹੀਂ ਮੰਨਿਆ ਹੁਣ ਫਿਰ ਫਸ ਗਏ ਮੈਂ ਦੇਖੀ ਦੁਨੀਆਂ ਅਤੇ ਲੋਕ ਫਰਸਟ੍ਰੇਟ ਹੋਏ ਨੇ ਪੂਰੇ ਮੈਂ ਕਹਾਂ ਗੱਡੀ ਦੇ ਸਾਹਮਣੇ ਹੀ ਇੱਕ ਬਾਈਕ 'ਤੇ ਜਾ ਰਿਹਾ ਬਾਈਕਰ ਉਹ ਲੈ ਗਿਆ ਕੱਢ ਕੇ ਬਾਈਕ ਉਹ ਲੈ ਗਿਆ ਉਹਦੇ ਬਾਈਕਰਾਂ ਦੀ ਮੌਜ ਆ ਯਾਰ ਅਤੇ BMW ਬਾਈਕ ਸੀ ਉਹ ਤੋਂ ਕਾਰ ਵਾਲਿਆਂ ਨੂੰ ਚੰਗੀ ਗਾਲ ਭਰਾ ਕੇ ਗਿਆ ਉਹ ਪਹਿਲੀ ਵਾਰ ਦੇਖਿਆ ਕੋਈ ਆਰਗਿਊ ਕਰਦਾ ਦੁਬਈ 'ਚ ਅਤੇ ਜਾਂ ਕਾਰ ਵਾਲਾ ਬੰਦਾ ਨਵਾਂ ਸੀ ਜਾਂ ਬਾਈਕ ਵਾਲਾ ਬੰਦਾ ਨਵਾਂ ਸੀ ਕਿਉਂਕਿ ਇੱਥੇ ਕੋਈ ਕਿਸੇ ਨੂੰ ਮਿਸਬਿਹੇਵ ਨਹੀਂ ਕਰਦਾ ਨਾ ਹੀ ਕਰ ਸਕਦਾ ਕੋਈ ਰੂਲ ਹੀ ਇੱਦਾਂ ਦੇ ਆ
ਘੂਈਆਂ ਵੱਟ ਵੱਟ ਕੇ ਲੜੀ ਜਾਣਗੇ ਸ਼ਰੇ ਇੱਕ ਵਾਰ ਹੈਨਾ ਏਦਾਂ ਹੀ ਹੁੰਦਾ ਨਾ ਬੰਦੇ ਨੂੰ ਗੁੱਸਾ ਤਾਂ ਹੁੰਦਾ ਵੀ ਜਦੋਂ ਪਿੱਛੋਂ ਗੱਡੀ ਮਾਰੀ ਆਉਂਦੇ ਤਾਂ ਆਪਾਂ ਉਹਨਾਂ ਕੰਟਰੀਆਂ 'ਚ ਵੀ ਜਿੱਥੇ ਭੈਣ ਤੋਂ ਉਤਰ ਕੇ ਗਲੇ ਨੂੰ ਪੈ ਜਾਂਦਾ ਬੰਦਾ ਅਤੇ ਉਤਰੇ ਉਤਰ ਕੇ ਘੂਰੀ ਜਿਹੀ ਵੱਟ ਲੈਂਦੇ ਆ ਵੀ ਸਾਰਾ ਗੁੱਸਾ ਪੀ ਜਾਂਦੇ ਆ ਫਿਰ ਫੋਨ 'ਤੇ ਕਰੋ ਫੋਨ ਪੁਲਿਸ ਨੂੰ ਐਪ ਡਾਊਨਲੋਡ ਕੀਤਾ ਹੋਇਆ ਉਹਨਾਂ ਦੀਆਂ ਫੋਟੋਆਂ ਆਪਦੇ ਐਕਸੀਡੈਂਟ ਦੀਆਂ ਅਪਲੋਡ ਕਰੋ ਪੁਲਿਸ ਵੀ ਨਹੀਂ ਆਉਂਦੀ ਅੱਗੇ ਕਹਿੰਦੇ ਸੀ ਕਾਲ ਕਰੋ ਪੁਲਿਸ ਆਉਂਦੀ ਹੁਣ ਪੁਲਿਸ ਕਹਿੰਦੀ ਠੀਕ ਆ ਹਾਂ ਐਪ ਡਾਊਨਲੋਡ ਕਰੋ ਟ੍ਰੈਫਿਕ ਜਾਮ ਲੱਗ ਰਿਹਾ ਸਿਰਫ ਗੱਡੀਆਂ ਚ ਡੈਂਟ ਆ ਫਿਰ ਆਦਾ ਪ੍ਰੋਸੀਜਰ ਅੱਗੇ ਪਤਾ ਬਾਈ ਕੀ ਕਰਦੇ ਸੀ ਲੋਕੀ ਇੱਥੇ ਹੁਣ ਜਿਹੜੀ ਗਲਤੀਆਂ ਨੂੰ ਰੈਡ ਪੇਪਰ ਮਿਲ ਜਾਂਦਾ ਤੇ ਉਹਨੂੰ ਫਾਈਨ ਆ ਜਾਂਦਾ ਵਾ ਉਹਦੇ ਕਰਕੇ ਜਿੱਥੇ ਗੱਡੀਆਂ ਠੋਕ ਗਈਆਂ ਉੱਥੇ ਖੜਾ ਕੇ ਬਹਿ ਜਾਂਦੇ ਸੀਗੇ ਲੋਕ ਫਿਰ ਪਿੱਛੇ ਜਾਮ ਹੁਣ ਮਿਡਲ 'ਚ ਲੱਗ ਗਈ ਨਾ ਗੱਡੀ ਉਹੀ ਟਰੈਕ ਦੇ ਵਿੱਚ ਖੜਾ ਕੇ ਬਾਹਰ ਖੜ ਜਾਣਾ ਉਹਨਾਂ ਨੇ ਉਹ ਪਿੱਛੇ ਜਾਮ ਉਹਨਾਂ ਲੱਗੀ ਜਾਣਾ ਹੁਣ ਤਾਂ ਇਹਨਾਂ ਨੇ ਰੂਲ ਕੀਤਾ ਵਾ ਬਈ ਲੱਗ ਗਈ ਆਪਦਾ ਸਾਈਡ 'ਤੇ ਆ ਜਾਓ ਅਸੀਂ ਆਪਣੇ ਆਪ ਚੈੱਕ ਕਰ ਲਵਾਂਗੇ ਬਾਅਦ 'ਚੋਂ ਅੱਜ ਫੋਟੋਆਂ ਸੈਂਡ ਕਰੋ ਆਪਣੇ ਆਪ ਚੈੱਕ ਕਰ ਲਵਾਂਗੇ ਕਿਹਦੀ ਗਲਤੀ ਹੈ ਕਿਹਦੀ ਨਹੀਂ ਲੈ ਵੀ ਤੁਸੀਂ ਯਕੀਨ ਮੰਨੋ ਇੱਥੇ ਆਹ ਕੰਟਰੀਆਂ ਜਾ ਕੇ ਪਤਾ ਲੱਗਿਆ ਵੀ ਜਿਹੜਾ ਗੱਡੀ ਪਿੱਛੋਂ ਮਾਰਦਾ ਕਸੂਰ ਉਹਦਾ ਹੁੰਦਾ ਤੇ ਮੂਹਰੇ ਵਾਲੇ ਬੰਦੇ ਦਾ ਕਸੂਰ ਜਮਾ ਨਹੀਂ ਹੁੰਦਾ ਇੰਡੀਆ ਤਾਂ ਭੈਣ ਚ ਕਸੂਰ ਜਿਹਦਾ ਹੈ ਰੋਕੀ ਗਿਆ ਮੂਹਰੇ ਇੰਡੀਆ ਤਾਂ ਜਿਹੜਾ ਤਕੜਾ ਉਹ ਜਿੱਤੂਗਾ ਬਸ ਉਹੀ ਲੜਾਈ ਜਿੱਤੂਗਾ ਇਹ ਨਹੀਂ ਹੈਗਾ ਵੀ ਕਸੂਰ ਕਿਹਦਾ ਵਾ ਕਸੂਰ ਨਹੀਂ ਦੇਖਿਆ ਜਾਂਦਾ ਜਿਹੜਾ ਉੱਥੇ ਖੜ ਕੇ ਦੋ ਚਿੱਤ ਜਾਂ ਜਿਹੜਾ ਮਾਰ ਗਿਆ ਜਾਂ ਖਾ ਗਿਆ ਉੱਥੇ ਹੀ ਉਹ ਉਹਨਾਂ ਦਾ ਉਹ ਡਿਸੀਜਨ ਹੁੰਦਾ ਵਾ ਅਤੇ ਪੁਲਿਸ ਬੰਦੇ ਕੋਲ ਆਪਣਾ ਉੱਥੇ ਪੁਲਿਸ ਕੋਲ ਡਰਦਾ ਜਾਂਦਾ ਨਹੀਂ ਹੈ ਨਾ ਵੀ ਉਹਨਾਂ ਨੇ ਤਾਂ ਪੈਸੇ ਲੈਣੇ ਆ ਉਹਨੂੰ ਤਾਂ ਦੋ ਗਾਹਕ ਆ ਗਏ ਸਮਝ ਲਓ ਮੈਂ ਹੁਣ ਵੀ ਜਾ ਕੇ ਆਪਣੇ ਲੋਕ ਨਾ ਨਿਕਲ ਕੇ ਲੜਦੇ ਹੀ ਆ ਨਿਕਲ ਕੇ ਕੁਛ ਟੱਚ ਹੋ ਗਿਆ ਉਹ ਹੋ ਗਿਆ ਉੱਤਰ ਕੇ ਲੜਦੇ ਹੀ ਆ ਯਾਰ ਮਤਲਬ ਸਾਨੂੰ ਐਜੂਕੇਸ਼ਨ ਘੱਟ ਆ ਉੱਥੇ ਐਜੂਕੇਟ ਨਹੀਂ ਕੀਤਾ ਗਿਆ ਰੋਡ ਤੇ ਹੈ ਨਾ ਅਤੇ ਵੈਸੇ ਵੀ ਆ ਸੋ ਮੈਨੂੰ ਲੱਗਦਾ ਉਹ ਨਾ ਪੇਸ਼ੈਂਸ ਖਤਮ ਹੋ ਗਏ ਮਤਲਬ ਲੜੀ ਜਾਂਦੇ ਆ ਖੜੇ ਲੋਕਾਂ ਦੇ ਨਾ ਪੇਸ਼ੈਂਸ ਖਤਮ ਇੱਥੇ ਵੀ ਗੁੱਸਾ ਆਉਂਦਾ ਲੋਕਾਂ ਨੂੰ ਇਹ ਜੀ ਗੱਲ ਕਿਸੇ ਨੇ ਮਾਰੀ ਕਿਉਂਕਿ ਅਗਲੇ ਦਿਨ ਦੋ ਚਾਰ ਦਿਹਾੜੀਆਂ ਮਰ ਜਾਣੀਆਂ ਕਿਸੇ ਦੀ ਗੱਡੀ ਲੱਗ ਗਈ ਜਾਂ ਉਹਨੂੰ ਟੈਕਸੀ ਤੇ ਆਉਣਾ ਜਾਣਾ ਪੈਣਾ ਗੱਡੀ ਖੜੂ ਵਰਕਸ਼ਾਪ ਬਟ ਘੁੱਟ ਪੀ ਜਾਂਦਾ ਨਾ ਰੂਲਾਂ ਨੇ ਰੋਕਿਆ ਹੋਇਆ ਵਾ ਉੱਥੇ ਇਹ ਗੱਲ ਹੋ ਗਈ ਬਾਈ ਭੋਰਾ ਟੱਚ ਹੋ ਗਈ ਉੱਤਰ ਕੇ ਲੜ ਜਾਂਦੇ ਆ ਲੜ ਪੈਂਦੇ ਆ ਮੈਂ ਦੇਖਿਆ ਰੋਡ ਤੇ ਜਾਂ ਆਪਦਾ ਬਿਹੇਵੀਅਰ ਉੱਥੇ ਬੜਾ ਚੇਂਜ ਕੀਤਾ ਜਾ ਕੇ ਲੋਕੀ ਰੈਡੀ ਆ ਆਪਣੇ ਇੰਡੀਆ ਦਾ ਲੜਨ ਨੂੰ ਜਮਾਂ ਰੈਡੀ ਰਹਿੰਦੇ ਕੌਣ ਆ ਤੂੰ ਹਨਾ ਹਾਂ ਵੀ ਆ ਜਾ ਬਾਹਰ ਨਿਕਲਿਆ ਤੂੰ ਹਾਲਾਂਕਿ ਦੋ ਮਿੰਟ ਦਾ ਗੁੱਸਾ ਪਤਾ ਨਹੀਂ ਕੀ ਬੰਦੇ ਨੇ ਕੰਮ ਕਰ ਦੇਣਾ ਭੁਗਤਣਾ ਪੈਂਦਾ ਉਹ ਆਪਾਂ ਨੂੰ ਮੋਟੇ ਵੀ ਕਹਿੰਦੇ ਨਾ ਲੋਕ ਨਾ ਸਾਨੂੰ ਕਮੈਂਟ ਕੀਤਾ ਇੱਕ ਨੇ ਮੋਟੇ ਹੋ ਜੇ ਜਾਓ ਪਰ ਸਾਲੇ ਮੋਟੇ ਹੋ ਜੇ ਜਾਓ ਮੋਟੇ ਦਾ ਹੈਗਾ ਤੇ ਸਾਨੂੰ ਗੁੱਸਾ ਤਾਂ ਨਹੀਂ ਲੱਗਦਾ ਮੋਟੇ ਹੁੰਦਾ ਮੋਟੇ ਹੈਗਾ ਤਾਂ ਹੈਗੇ ਫਿਰ ਅਸੀਂ ਕਿਹੜਾ ਜਮਾਂਦਰੂ ਮੋਟੇ ਸੀ ਹੋ ਕੇ ਹੁਣ ਖਾ ਖਾ ਕੇ ਭੈਣ ਚ ਉਹਨਾਂ ਦਾ ਖਾਂਦੇ ਹਾਂ ਅਸੀਂ ਘਟਾ ਲੈਣਾ ਚਾਹੀਦਾ ਵੇਟ ਹਨਾ ਅਸਲੀ ਮੈਂ ਘਟਾ ਲਾਂਗੇ ਚੱਲ ਠੀਕ ਹੈ ਕਢਾ ਲਾਂਗੇ ਹਜੇ ਏਡੇ ਕਿਹੜੇ ਕਾਲੀ ਆ ਮੂਡ ਬਣੇ ਦੀ ਗੱਲ ਆ ਮੂਡ ਬਣੇ ਦੀ ਤੇ ਵੇਟ ਘਟਾਉਣਾ ਬਾਡੀ ਬਣਾਉਣਾ ਕੋਈ ਵੱਡੀ ਗੱਲ ਨਹੀਂ ਗੀ ਕੋਈ ਵੱਡੀ ਗੱਲ ਨਹੀਂ ਗੀ ਸਹੀ ਗੱਲ ਆ ਸਿਰਫ ਮੇਰੇ ਵਰਗੇ ਨੂੰ ਜਵਾਨ ਤੇ ਥੋੜਾ ਲਗਾਮ ਦੇਣਾ ਪੈਣਾ ਜੀਭ ਤੇ ਕੰਟਰੋਲ ਕਰਨਾ ਹੋ ਜਾਂਦਾ ਹੁੰਦਾ ਯਾਰ ਥੋੜਾ ਟਾਈਮ ਕੱਢਣਾ ਪੈਂਦਾ ਤੇ ਕੋਈ ਵੱਡੀ ਗੱਲ ਨਹੀਂ ਮੋਟੇ ਪਤਲੇ ਹੋਣਾ ਮੋਟਾ ਹੋਣਾ ਜਾਂ ਪਤਲਾ ਹੋਣਾ ਅਨਘੜਤ ਮੋਟਾ ਹੋਣਾ ਤਾਂ ਈਜ਼ੀ ਬਹੁਤ ਆ ਖਾਈ ਆ ਕਰੀ ਆ ਦਾਰੂ ਛੱਡਣੀ ਪੈਣੀ ਆ ਦਾਰੂ ਛੱਡਦਾ ਠੀਕ ਆ ਚਲੋ ਉਹ ਵੀ ਗੱਲ ਤੇ ਮਿਲਦੇ ਹਾਂ ਜਾਂ ਫਿਰ ਤੁਹਾਨੂੰ ਅਗਲੇ ਵਲੌਗਾਂ ਦੇ ਵਿੱਚ ਬਾਬਾਸ